ਨਾ ਐਸ ਡੀ ਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ, ਇੱਕ ਜਿਹੜਾ ਨੋਟੀਫਿਕੇਸ਼ਨ 25 ਫਰਵਰੀ ਨੂੰ ਜਿਹੜਾ ਡਿਪਟੀ ਮਾਰਕ ਸਿੰਘ ਨੇ ਕੀਤੀ ਸੀ ਅਤੇ ਕਿਸਾਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਸਾਰਾ, ਅਤੇ ਉਹਦੇ ਹੀ ਅਕੋਰਡਿੰਗ ਮਤਲਬ ਅੱਜ ਜਿਹੜੀ ਹੈਗੀ ਆਪਣੀ ਨਿਸ਼ਾਨਦੇਹੀ ਆ ਉਹਨੂੰ ਥੋੜ੍ਹਾ ਜਿਹਾ ਹਿੱਲ ਜੁੱਲ ਕੀਤੀ ਆ ਉਸ ਚੀਜ਼ ਬਾਰੇ। ਅਤੇ ਅਸੀਂ ਐਸ ਡੀ ਐਮ ਸਾਹਿਬ ਨੂੰ ਇਸੇ ਕਰਕੇ ਅੱਜ ਮਿਲੇ ਹਾਂ ਕਿ ਜੋ ਪਹਿਲੇ ਮਤਲਬ ਨਿਸ਼ਾਨਦੇਹੀ ਹੋਈ ਆ ਪਹਿਲੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਉਹਨੂੰ ਮਤਲਬ ਇੰਨ ਬਿੰਨ ਰੱਖਿਆ ਜਾਵੇ, ਉਹਦੀ ਮਤਲਬ ਜਿਹੜੀ ਆ ਇੱਧਰ ਸਾਈਡਾਂ 'ਤੇ ਜਿਹੜੀ ਹਿਰਤ ਕੀਤੀ ਆ ਉਹ ਨਹੀਂ ਹੋਣੀ ਚਾਹੀਦੀ। ਬਾਕੀ ਐਸ ਡੀ ਐਮ ਸਾਹਿਬ ਨਾਲ ਬੜੇ ਵਧੀਆ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋਈ ਆ, ਉਹਨਾਂ ਸਾਨੂੰ ਬੜਾ ਵਧੀਆ ਭਰੋਸਾ ਦਵਾਇਆ ਵਾ। ਕਿਸਾਨਾਂ ਨੇ ਸਾਨੂੰ ਇੱਥੇ ਮਿਲ ਕੇ ਸਾਡੇ ਧਿਆਨ 'ਚ ਜ਼ਿਆਦਾ ਜਿਹੜੀ ਡੀਮਾਰਕੇਸ਼ਨ ਨੈਸ਼ਨਲ ਵੱਲੋਂ ਕੀਤੀ ਗਈ ਆ ਅਤੇ ਉਹਦੇ ਵਿੱਚ ਜਿਹੜੀ ਆ ਕੁਛ ਫਰਕ ਆ ਰਿਹਾ ਵਾ, ਜੋ ਐਕਚੁਅਲ ਨੰਬਰ ਜਿਹੜੇ ਆ ਜਿਹੜੇ ਨੋਟੀਫਿਕੇਸ਼ਨ 'ਚ ਆਏ ਆ ਇਹਨੂੰ ਵੈਰੀਫਾਈ ਕਰਨ ਲਈ ਅਸੀਂ ਨੈਸ਼ਨਲ ਵਾਲਿਆਂ ਨੂੰ ਜਿਹੜਾ ਕੱਲ੍ਹ ਸਵੇਰੇ ਬੁਲਾਇਆ ਅਤੇ ਮੌਕੇ 'ਤੇ ਜਾ ਕੇ ਜਿਹੜਾ ਵਾ ਅਸੀਂ ਦੁਬਾਰਾ ਵੈਰੀਫਾਈ ਕਰਾਂਗੇ ਜਿਹੜੀ ਡੀਮਾਰਕੇਸ਼ਨ ਨੈਸ਼ਨਲ ਹਾਈਵੇ ਨੇ ਕੀਤੀ ਆ ਉਹਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਦੇ ਵਿੱਚ ਜੋ ਕਿ ਫਰਕ ਹੈਗਾ ਅਤੇ ਜੋ ਨੋਟੀਫਿਕੇਸ਼ਨ ਵਿੱਚ ਹੈਗਾ ਉਹ ਵੀ ਐਸ ਡੀ ਜਿਹੜਾ ਵਾ ਉਹ ਦਿੱਤਾ ਜਾਵੇ।